ਮਹਾਰਾਣੀ ਪ੍ਰਨੀਤ ਕੋਰ ਦਾ ਬਿਆਨ ਆਂਦਾ ਤੁਹਾਨੂੰ ਲੈ ਕੇ ਉਹ ਕਹਿੰਦੇ ਕਿ ਤੁਹਾਡੇ ਕੋਲ ਰਾਈਟ ਨਹੀਂ ਹੈ ਮੈਨੂੰ ਪਾਰਟੀ ਤੋਂ ਕੱਢਣ ਦਾ ਜੇ ਮੈਨੂੰ ਪਾਰਟੀ ਤੋਂ ਕੱਢਣਾ ਹੈ ਤੇ ਰਾਸ਼ਟਰੀ ਅਧਿਖਸ਼ ਤੈਕ ਕਰਨ ਕਿ ਕਿ ਮੈਨੂੰ ਪਾਰਟੀ ਤੋਂ ਕੱਢਣਾ ਹੈ ਜਾਂ ਪਾਰਟੀ ਚ ਰੱਖਣਾ ਯਾਰ ਮੈਂ ਵਾਰ-ਵਾਰ ਹੀ ਕਹ ਲੁੱਟਦੀ ਹੈ ਐਂਡ ਆਈ ਰਿਸਪੈਕਟ ਮਹਾਰਾਣੀ ਪ੍ਰਨੀਤ ਕੋਰ ਜੀ ਐਜ਼ ਅ ਲੇਡੀ ਐਂਡ ਸ਼ੀ ਇਸ ਅ ਬਹੁਤ ਮੇਰੀ ਨਾਲਤਾ ਹਮੇਸ਼ਾ ਚੰਗੇ ਪੇਸ਼ ਆਏ ਮੈਂ ਵੀ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਬੱਚਿਆ ਵਾਂਗ ਆਂ ਲੇਕਿਨ ਮੈਨੂੰ ਵੀ ਨਹੀਂ ਚੰਗਾ ਲੱਗਦਾ ਤੁਸੀਂ ਵਾਰ-ਵਾਰ ਸਾਥੋਂ ਇੱਕ ਸਵਾਲ ਪੁੱਛਦੇ ਹੋ ਵਾਰ-ਵਾਰ ਮੈਂ ਉਸੇ ਗੱਲ ਦਾ ਜਵਾਬ ਦਿੰਨਾ ਹੈ ਇੱਕ ਲੇਡੀ ਹੈ ਉਹਨਾਂ ਦੀ ਇਸ ਤਰ੍ਹਾਂ ਮੈਂ ਗੱਲ ਕਰਾਂ ਮੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਇਹ ਲੱਗਦਾ ਕਿ ਨਹੀਂ ਇਹ ਮੇਰਾ ਯਾਰ ਲੋਡ ਨਹੀਂ ਹੈ ਇਸ ਗੱਲ ਦੀ ਬਟ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਦੇਖੋ ਜਦੋਂ ਤੁਸੀਂ ਰਾਜਨਾਥ ਸਿੰਘ ਦੇ ਨਾਲ ਓਪਨ ਕੈਂਪੇਨ ਕਰ ਲੈਨੇ ਹੋ ਜਦੋਂ ਤੁਸੀਂ ਅਮਰਿੰਦਰ ਸਿੰਘ ਜੀ ਦੇ ਨਾਲ ਤੁਸੀਂ ਇਹ ਕਹਿ ਦਿੰਦੇ ਹੋ ਕਿ ਇਹਨਾਂ ਦੀ ਬੀਜੇਪੀ ਦੇ ਨਾਲ ਜਾਣ ਨਾਲ ਮਜ਼ਬੂਤੀ ਆਏਗੀ। ਔਰ ਜਦੋਂ ਤੁਸੀਂ ਆਫੀਸ਼ੀਅਲੀ ਬੀਜੇਪੀ ਦੇ ਪ੍ਰੋਗਰਾਮਸ ਦੇ ਵਿੱਚ ਇਧਰ ਉਧਰ ਜਾਣ ਲੱਗ ਪੈਨੇ ਹੋ ਔਰ ਤੁਸੀਂ ਇਹ ਵੀ ਕਹਿ ਦਿੰਦੇ ਹੋ ਇਸ਼ਾਰੇ-ਇਸ਼ਾਰੇ ਚ ਕਿ ਸਾਡੇ ਪਰਿਵਾਰ ਦਾ ਕੋਈ ਵਿਅਕਤੀ ਲੜੇਗਾ ਆਉਣ ਵਾਲੀ ਪਾਰਲੀਮੈਂਟ ਇਹ ਨਹੀਂ ਦੱਸਦੇ ਵੀ ਕਿੱਥੋਂ ਲੜਨਗੇ ਬੀਜੇਪੀ ਤੋਂ ਕਿ ਕਿੱਥੋਂ। ਸੋ ਮੈਂ ਉੱਥੇ ਇਹ ਗੱਲ ਕਹਿ ਦਿੰਦਾ ਕਿ ਜਦੋਂ ਤੁਸੀਂ ਦੱਸ ਅ ਕਲੈਰਿਟੀ ਔਰ ਅਮਰਿੰਦਰ ਸਿੰਘ ਜੀ ਚਲੇ ਗਏ ਹੋ ਤੁਸੀਂ ਉਸ ਪਰਿਵਾਰ ਦਾ ਹਿੱਸਾ ਹੋ ਫਿਰ ਕਿਉਂ ਐਵੇਂ ਦੁੱਬਦਾ ਚ ਲੋਕਾਂ ਨੂੰ ਪਾਇਆ ਕਿਉਂ ਹਮੇਸ਼ਾ ਮੂਰਖ ਬਣਾਉਣ ਵਾਲੀ ਗੱਲ ਕੀਤੀ ਜਾਂਦੀ ਹੈ ਤੁਸੀਂ ਤੁਸੀਂ ਆਪਦਾ ਰਸਤਾ ਅਲੱਗ અપਨਾ ਲਓ ਔਰ ਪਾਰਟੀ ਨੇ ਯੂਨੀਨਿਮਸਲੀ ਫੈਸਲਾ ਕੀਤਾ ਹੁਣ ਮੈਨੂੰ ਇਹ ਦੱਸੋ ਹੁਣ ਮੈਨੂੰ ਤਾਂ ਕੋਈ ਕਹ ਦੇ ਮੈਂ ਕੱਲ ਨੂੰ ਕਹਿ ਦਿਆਂ ਕਿ ਫਲਾਣ ਕੋਲੇ ਕੀ ਅਧਿਕਾਰ ਹੁੰਦਾ ਮੈਂ ਹੁਣ ਪੀਸੀਸੀ ਦਾ ਪ੍ਰਧਾਨ ਹੈਗਾ ਜੇ ਹੁਣ ਮੇਰੇ ਕੋਲੇ ਅਧਿਕਾਰ ਨਹੀਂ ਤਾਂ ਫਿਰ ਹੁਣ ਕਿਹਦੇ ਕੋਲੇ ਅਧਿਕਾਰ ਹੈ ਮੈਡਮ ਕੋਈ AICC ਦੇ ਮੈਂਬਰ ਨਹੀਂ ਹੈ ਮੈਡਮ ਕੋਈ AICC ਦੀ ਜਨਰਲ ਸਕੱਤਰ ਨਹੀਂ ਹੈ ਮੈਡਮ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਂਗਰਸ ਪਾਰਟੀ ਦਾ ਉਹਨਾਂ ਕੋਲੇ ਅਹੁਦਾ ਨਹੀਂ ਹੈ ਅਸੀਂ ਯੂਨੀਨਿਮਸਲੀ ਕਹਿ ਦਿੱਤਾ ਗਿਆ ਹੈ ਮੈਡਮ ਨੂੰ ਆਪ ਹੀ ਮੰਨ ਲੈਣਾ ਚਾਹੀਦਾ ਹੈ ਹੁਣ ਵਾਰ-ਵਾਰ ਬਿਲਕੁਲ ਤੁਸੀਂ ਦੇਖੋਗੇ ਕੋਈ ਆਮ ਬੰਦਾ ਵੀ ਕਿਸੇ ਵੀ ਕੋਈ ਮੰਥਲੀ ਵੀ ਕੋਈ ਸਾਡੀ ਇੱਥੇ ਕੋਈ ਪ੍ਰੋਗਰਾਮਸ ਹੁੰਦੇ ਆ ਕੋਈ ਮੀਟਿੰਗਸ ਹੁੰਦੇ ਆ ਉਹਦਾ ਹਿੱਸਾ ਨਹੀਂ ਹੈ ਸੋ ਇਸ ਗੱਲ ਚ ਮੰਨਣ ਲਈ ਕੀ ਇਤਰਾਜ਼ ਹੈ ਉਹਨਾਂ ਨੂੰ ਕਿ ਮੈਂ ਪਾਰਟੀ ਦਾ ਹਿੱਸਾ ਵਰਬਲੀ ਕਹੀ ਜਾਂਦੇ ਹੋ ਤੁਸੀਂ ਵੀ ਕਿਉਂ ਨਹੀਂ ਲੈਟਰ ਕੱਢਦੇ ਤੁਸੀਂ ਪਰਸੋ ਵੀ ਇੱਕ ਲੈਟਰ ਕੱਢਿਆ ਕਹਿੰਦੇ ਕਹਿੰਦੇ ਕਿ ਪਟਿਆਲਾ ਨਾਲ ਸੰਬੰਧਿਤ ਸੀ ਲੀਡਰ ਸੀ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਵਰਬਲੀ ਕਹੀ ਜਾਂਦੇ ਹੋ ਇਹਨਾਂ ਦਾ ਵੀ ਕੋਈ ਬਰਖਾਸਤੀ ਦਾ ਲੈਟਰ ਕਿਉਂ ਨਹੀਂ ਕੱਟ ਠੀਕ ਹੈ ਠੀਕ ਹੈ ਤੁਸੀਂ ਬਰਖਾਸਤੀ ਲੈਟਰ ਮੇਰਾ ਖਿਆਲ ਜਦੋਂ ਇੱਕ ਵਾਰੀ ਕਹਿ ਦਈਏ ਉਹ ਬਰਖਾਸਤੀ ਲੈਟਰ ਹੀ ਹੁੰਦਾ ਹੈ ਪਰ ਜੇ ਇਹ ਇੱਛਾ ਹੈਗੀ ਆ ਬਰਖਾਸਤੀ ਲੈਟਰ ਦੀ ਜੀ ਤਾਂ ਮੈਂ ਇਹ ਵੀ ਇੱਕ ਦੋ ਦਿਨਾਂ ਚ ਪੂਰੀ ਕਰ ਦਿਆਂਗਾ ਮਹਾਰਾਣੀ ਪਰਨੀਤ ਕੋਰ ਦਾ ਬਿਆਨ ਆਂਦਾ ਤੁਹਾਨੂੰ ਲੈ ਕੇ ਉਹ ਕਹਿੰਦੇ ਕਿ ਤੁਹਾਡੇ ਕੋਲ ਰਾਈਟ ਨਹੀਂ ਹੈ ਮੈਨੂੰ ਪਾਰਟੀ ਤੋਂ ਕੱਢਣ ਦਾ ਜੇ ਮੈਨੂੰ ਪਾਰਟੀ ਤੋਂ ਕੱਢਣਾ ਹੈ ਤੇ ਰਾਸ਼ਟਰੀ ਆਦੇਕਸ਼ ਤੈ ਕਰਣਗੇ ਕਿ ਮੈਨੂੰ ਪਾਰਟੀ ਤੋਂ ਕੱਢਣਾ ਹੈ ਜਾਂ ਪਾਰਟੀ 'ਚ ਰੱਖਣਾ ਯਾਰ ਮੈਂ ਵਾਰ-ਵਾਰ ਹੀ ਕੱਲ ਉੱਠਦੀ ਐ ਐਂਡ ਆਈ ਰਿਸਪੈਕਟ ਮਹਾਰਾਣੀ ਪਰਨੀਤ ਕੋਰ ਜੀ ਐਜ਼ ਅ ਲੇਡੀ ਐਂਡ ਸ਼ੀ ਇਸ ਅ ਬਹੁਤ ਮਿਰਨਾਲਤਾ ਹਮੇਸ਼ਾ ਚੰਗੇ ਪੇਸ਼ ਆਏ ਮੈਂ ਵੀ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਬੱਚਿਆ ਵਾਂਗਾਂ ਲੇਕਿਨ ਮੈਨੂੰ ਵੀ ਨਹੀਂ ਚੰਗਾ ਲੱਗਦਾ ਤੁਸੀਂ ਵਾਰ-ਵਾਰ ਸਾਥੋਂ ਇੱਕ ਸਵਾਲ ਪੁੱਛਦੇ ਹੋ ਵਾਰ-ਵਾਰ ਮੈਂ ਉਸੇ ਗੱਲ ਦਾ ਜਵਾਬ ਦਿੰਨਾ ਹੈ ਇੱਕ ਲੇਡੀ ਹੈ ਉਹਨਾਂ ਦੀ ਇਸ ਤਰ੍ਹਾਂ ਮੈਂ ਗੱਲ ਕਰਾਂ ਮੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਇਹ ਲੱਗਦਾ ਕਿ ਨਹੀਂ ਇਹ ਮੇਰਾ ਯਾਰ ਲੋਡ ਨਹੀਂ ਹੈ ਇਸ ਗੱਲ ਦੀ ਬਟ ਬਤੌਰ ਕਾਂਗਰਸ ਪਾਰਟੀ ਦਾ ਪਦਾਨ ਹੋਣ ਦੇ ਨਾਤੇ ਦੇਖੋ ਜਦੋਂ ਤੁਸੀਂ ਰਾਜਨਾਥ ਸਿੰਘ ਦੇ ਨਾਲ ਓਪਨ ਕੈਂਪੇਨ ਕਰ ਲੈਂਗੇ ਹੋ ਜਦੋਂ ਤੁਸੀਂ ਅਮਰਿੰਦਰ ਸਿੰਘ ਜੀ ਦੇ ਨਾਲ ਤੁਸੀਂ ਇਹ ਕਹਿ ਦਿੰਦੇ ਹੋ ਕਿ ਇਹਨਾਂ ਦੀ ਬੀਜੇਪੀ ਦੇ ਨਾਲ ਜਾਣ ਨਾਲ ਮਜ਼ਬੂਤੀ ਆਏਗੀ। ਔਰ ਜਦੋਂ ਤੁਸੀਂ ਆਫੀਸ਼ੀਅਲੀ ਬੀਜੇਪੀ ਦੇ ਪ੍ਰੋਗਰਾਮਸ ਦੇ ਵਿੱਚ ਇਧਰ ਉਧਰ ਜਾਣ ਲੱਗ ਪੈਨੇ ਹੋ ਔਰ ਤੁਸੀਂ ਇਹ ਵੀ ਕਹਿ ਦਿੰਦੇ ਹੋ ਇਸ਼ਾਰੇ-ਇਸ਼ਾਰੇ ਚ ਕਿ ਸਾਡੇ ਪਰਿਵਾਰ ਦਾ ਕੋਈ ਵਿਅਕਤੀ ਲੜੇਗਾ ਆਉਣ ਵਾਲੀ ਪਾਰਲੀਮੈਂਟ ਇਹ ਨਹੀਂ ਦੱਸਦੇ ਵੀ ਕਿੱਥੋਂ ਲੜਨਗੇ ਬੀਜੇਪੀ ਤੋਂ ਕਿ ਕਿੱਥੋਂ। ਸੋ ਮੈਂ ਉੱਥੇ ਇਹ ਗੱਲ ਕਹਿ ਦਿੰਦਾ ਕਿ ਜਦੋਂ ਤੁਸੀਂ ਦਾਤਸਾ ਕਲੈਰਿਟੀ ਔਰ ਅਮਰਿੰਦਰ ਸਿੰਘ ਜੀ ਚਲੇ ਗਏ ਹੋ ਤੁਸੀਂ ਉਸ ਪਰਿਵਾਰ ਦਾ ਹਿੱਸਾ ਹੋ ਫਿਰ ਕਿਉਂ ਐਵੇਂ ਦੁੱਬਦਾ ਚ ਲੋਕਾਂ ਨੂੰ ਪਾਇਆ ਕਿਉਂ ਹਮੇਸ਼ਾ ਮੂਰਖ ਬਣਾਉਣ ਵਾਲੀ ਗੱਲ ਕੀਤੀ ਜਾਂਦੀ ਹੈ ਤੁਸੀਂ ਤੁਸੀਂ ਆਪਦਾ ਰਸਤਾ ਅਲੱਗ અપਨਾ ਲਓ ਔਰ ਪਾਰਟੀ ਨੇ ਯੂਨੀਨਿਮਸਲੀ ਫੈਸਲਾ ਕੀਤਾ ਹੁਣ ਮੈਨੂੰ ਇਹ ਦੱਸੋ ਹੁਣ ਮੈਨੂੰ ਤਾਂ ਕੋਈ ਕਹ ਦੇ ਮੈਂ ਕੱਲ ਨੂੰ ਕਹ ਦਿਆਂ ਕਿ ਫਲਾਣ ਕੋਲੇ ਕੀ ਅਧਿਕਾਰ ਹੁੰਦਾ ਮੈਂ ਹੁਣ ਪੀਸੀਸੀ ਦਾ ਪ੍ਰਧਾਨ ਹੈਗਾ ਜੇ ਹੁਣ ਮੇਰੇ ਕੋਲੇ ਅਧਿਕਾਰ ਨਹੀਂ ਤਾਂ ਫਿਰ ਹੁਣ ਕਿਹਦੇ ਕੋਲੇ ਅਧਿਕਾਰ ਹੈ ਮੈਡਮ ਕੋਈ AICC ਦੇ ਮੈਂਬਰ ਨਹੀਂ ਹੈ ਮੈਡਮ ਕੋਈ AICC ਦੀ ਜਨਰਲ ਸਕੱਤਰ ਨਹੀਂ ਹੈ ਮੈਡਮ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਂਗਰਸ ਪਾਰਟੀ ਦਾ ਉਹਨਾਂ ਕੋਲੇ ਅਹੁਦਾ ਨਹੀਂ ਹੈ ਅਸੀਂ ਯੂਨੀਨਿਮਸਲੀ ਕਹਿ ਦਿੱਤਾ ਗਿਆ ਹੈ ਮੈਡਮ ਨੂੰ ਆਪ ਹੀ ਮੰਨ ਲੈਣਾ ਚਾਹੀਦਾ ਹੈ ਹੁਣ ਵਾਰ-ਵਾਰ ਬਿਲਕੁਲ ਤੁਸੀਂ ਦੇਖੋਗੇ ਕੋਈ ਆਮ ਬੰਦਾ ਵੀ ਕਿਸੇ ਵੀ ਕੋਈ ਮੰਥਲੀ ਵੀ ਕੋਈ ਸਾਡੀ ਇੱਥੇ ਕੋਈ ਪ੍ਰੋਗਰਾਮਸ ਹੁੰਦੇ ਆ ਕੋਈ ਮੀਟਿੰਗਸ ਹੁੰਦੇ ਆ ਉਹਦਾ ਹਿੱਸਾ ਨਹੀਂ ਹੈ ਸੋ ਇਸ ਗੱਲ ਚ ਮੰਨਣ ਲਈ ਕੀ ਇਤਰਾਜ਼ ਹੈ ਉਹਨਾਂ ਨੂੰ ਕਿ ਮੈਂ ਪਾਰਟੀ ਦਾ ਹਿੱਸਾ ਵਰਬਲੀ ਕਹੀ ਜਾਂਦੇ ਹੋ ਤੁਸੀਂ ਵੀ ਕਿਉਂ ਨਹੀਂ ਲੈਟਰ ਕੱਢਦੇ ਤੁਸੀਂ ਪਰਸੋ ਵੀ ਇੱਕ ਲੈਟਰ ਕੱਢਿਆ ਕਹਿੰਦੇ ਕਹਿੰਦੇ ਕਿ ਪਟਿਆਲਾ ਨਾਲ ਸੰਬੰਧੀ ਸੀ ਲੀਡਰ ਸੀ ਜਿਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਵਰਬਲੀ ਕਹੀ ਜਾਂਦੇ ਹੋ ਇਹਨਾਂ ਦਾ ਵੀ ਕੋਈ ਬਰਖਾਸਤੀ ਦਾ ਲੈਟਰ ਕਿਉਂ ਨਹੀਂ ਕੱਟ ਠੀਕ ਹੈ ਠੀਕ ਹੈ ਤੁਸੀਂ ਬਰਖਾਸਤੀ ਲੈਟਰ ਮੇਰਾ ਖਿਆਲ ਜਦੋਂ ਇੱਕ ਵਾਰੀ ਕਹਿ ਦਈਏ ਉਹ ਬਰਖਾਸਤੀ ਲੈਟਰ ਹੀ ਹੁੰਦਾ ਪਰ ਜੇ ਇਹ ਇੱਛਾ ਹੈਗੀ ਆ ਬਰਖਾਸਤੀ ਲੈਟਰ ਦੀ ਜੀ ਤਾਂ ਮੈਂ ਇਹ ਵੀ 1-2 ਦਿਨਾਂ 'ਚ ਪੂਰੀ ਕਰ ਦਿਆਂਗਾ।